أعوذ بالله من الشيطان الرجيم. بسم الله الرحمن الرحيم. دوستو نہایت مشکور ہاں بھائی منظر شریف صاحب کا بڑے بڑے لاڈلے پائے گئے کہ میرے ورگے اگلے میں بھی مشاعرہ کے ساتھ لے گئے. میں صدر محفل لطیف شدائی صاحب سے اجازت طلب کر کے اپنے شعر کا آغاز کر سکے بے مدر صاحب. ٹھیک ہے جی استاد جی استاد حسن صاحب سے اجازت طلب کر لینا کہ جیڑا پتھراں چ کیڑیاں نوں پالے ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਪਾਲੇ ਉਸ ਨੂੰ ਖੁਦਾ ਆਖਦੇ. ਮਿਹਰਬਾਨੀ ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਪਾਲੇ ਉਸ ਨੂੰ ਖੁਦਾ ਆਖਦੇ ਅਤੇ ਇੱਕੇ ਸਜਦੇ 'ਚ ਸਰ ਕਟਵਾਇਆ ਇੱਕੋ ਹੀ ਹੁਸੈਨ ਬਣਿਆ. ਮਿਹਰਬਾਨੀ ਇੱਕੇ ਸਜਦੇ 'ਚ ਸਰ ਕਟਵਾਇਆ ਅਤੇ ਇੱਕੋ ਹੀ ਹੁਸੈਨ ਬਣਿਆ. ਚੰਨ ਸ਼ੇਰ ਫਤਿਹਨੁਮਾ ਬਾਈ ਮਦਰ ਸਾਹਿਬ ਦੇ ਨਾਮ ਦੀ ਇੱਕ ਤਾੜੀ ਮਾਰੋ ਚਾਹ ਯਾਰ. ਕਿਤਨਾ ਪਿਆਰ ਵਾਲਾ ਬੰਦਾ ਹੈ. ਅੱਲਾਹ ਪਾਕ ਨਾਮ ਵੀ ਸਾਡੀ ਉਮਰ ਵੀ ਇਹਨੂੰ ਮਿਲਾਵੇ. ਬਾਈ ਮਦਰ ਸਾਹਿਬ ਸਾਹਿਬ ਮਹਾਰਾਸ਼ਟਰ ਸਰਗਾਣਾ ਸਾਹਿਬ ਬਾਈ ਇੱਕ ਬਾਰਾਂ ਮਰਾਣਾ ਸਾਹਿਬ ਕਿਹੜਾ ਬੈਠਿਆ ਤਾਂ ਮਾਰ ਸਲਾਮ ਦਵਾਣਾ ਸਾਹਿਬ ਬਾਈ ਮੁਰਤਜ਼ਾ ਗੰਗੋਰ ਸਾਹਿਬ ਅਲੀ ਰਜ਼ਾ ਲਗਰੀਆਲ ਸਾਹਿਬ ਸ਼ੇਰ ਸੁਣਾ ਰਿਹਾ ਜੀ. ਨਵਾਂ ਸ਼ੇਰ ਹੈ ਡੱਬਾ ਪਿਆ. ਜਿਹੜੇ ਜਲਿਆਂ ਜਲੀਂਦੇ ਨਹੀਂ ਮੈਂ ਉਹ ਹੁੰਦੇ ਤਬਾਹ ਡਿੱਠੇ ਮੈਂ. ਮਿਹਰਬਾਨੀ ਜੀ ਜਿਹੜੇ ਜਲਿਆਂ ਜਲੀਂਦੇ ਨਹੀਂ ਮੈਂ ਉਹ ਹੁੰਦੇ ਤਬਾਹ ਡਿੱਠੇ ਨ ਅੱਖੀ ਦੇ ਨਾਲ ਰਾਠਾਂ ਦੇ ਮੋੜੇ ਜਿਉਂਦੇ ਨਿਭਾ ਡਿੱਠੇ ਨ ਅੱਖੀ ਦੇ ਨਾਲ ਰਾਠਾਂ ਦੇ ਮੋੜੇ ਜਿਉਂਦੇ ਨਿਭਾ ਡਿੱਠੇ ਨ ਜਾਂ ਮਰਲੇ ਦੇ ਰੋਲੇ ਤੂੰ ਕਬਾਡੀ ਮਾਰ ਗਤਿਆ ਹਾ ਥਾਣੇ ਦੇ ਡੱਕੀ ਗਏ ਦੇ ਮਗਰ ਉਹਦੇ ਹਯਾ ਡਿੱਠੇ ਨ. ਮਿਹਰਬਾਨੀ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਾਈ ਮਦਰ ਸਾਹਿਬ ਸਾਹਿਬ ਜੀ. ਮਤਾਬਦਾਰ ਅਰਸ਼ ਸਾਹਿਬ ਬਹੁਤ ਮਿਹਰਬਾਨੀ ਅੱਖੀ ਦੇ ਨਾਲ ਥਾਣੇ ਵਿੱਚ ਡੱਕੀ ਗਏ ਦੇ ਮਗਰ ਉਹਦੇ ਹਯਾ ਡਿੱਠੇ ਮੈਂ ਕਿ ਮੈਨੂੰ ਰਕਬੇ ਦੀ ਅਰ ਫਸਤੂ ਗਵਾਡੀ ਹੋਰ ਦਿੱਤਾ ਸੀ ਮੈਨੂੰ ਰਕਬੇ ਦੀ. ਥੋੜ੍ਹੇ ਜਿਹੇ ਸਾਦਾ ਕਰਿਆ ਜੀ ਆਪਣਾ ਤਾਰਿਕ ਭਾਈ. ਮੈਨੂੰ ਰਕਬੇ ਦੀ ਅਰ ਫਸਤੂ ਗਵਾਡੀ ਹੋਰ ਦਿੱਤਾ ਸੀ ਮੈਂ ਆਪਣੀ ਜ਼ਿੱਦ ਪ੍ਰਸਤੀ ਦਾ ਉਹ ਸਰੀਆ ਤੋੜ ਦਿੱਤਾ ਸੀ ਮੈਂ ਆਪਣੀ ਜ਼ਿੱਦ ਪ੍ਰਸਤੀ ਦਾ ਉਹ ਸਰੀਆ ਤੋੜ ਦਿੱਤਾ ਹੈ ਜਿਹੜੇ ਮਰਲੇ ਦੇ ਰੋਲੇ ਤੂੰ ਬੰਦੇ ਪੰਜ ਸੱਤ ਮਰੀਂਦੇ ਹਨ ਮੈਂ ਅੱਜ ਉਸਨੇ ਜ਼ਿੱਦ ਕੀਤੀ ਉਹ ਮਰਲਾ ਛੋੜ ਦਿੱਤਾ ਹੈ. ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸ਼ਾਹਜੀ ਸਾਹਿਬ ਬਹੁਤ ਸ਼ੁਕਰੀਆ. ਗੁਲਾਮ ਮੁਰਤਜ਼ਾ ਗੰਗੋਰ ਸਾਹਿਬ ਮੇਰੇ ਵਾਸਤੇ ਬੜੇ ਸਾਹਿਬ ਜੀ ਮਿਹਰਬਾਨੀ ਮੈਂ ਅੱਜ ਉਸਨੇ ਜ਼ਿੱਦ ਕੀਤੀ ਉਹ ਮਰਲਾ ਛੋੜ ਦਿੱਤਾ ਹੈ ਚਾਰੇ ਬਾਜ਼ੂ ਕੁੰਜੇ ਰਹਿ ਗਏ
ਤਵਜੋ ਕਰ ਸਦੀ ਸ਼ੇਰਾਂ ਤੇ, ਚਾਰੇ ਬਾਜ਼ੂ ਕੁੰਜੇ ਰਹਿ ਗਏ ਘਰ ਦੋਵੇਂ ਅੱਜ ਸੁੰਜੇ ਰਹਿ ਗਏ, ਘਰ ਦੋਵੇਂ ਅੱਜ ਸੁੰਜੇ ਰਹਿ ਗਏ, ਯਾਰ ਵੰਡ ਵੱਖ ਦੇ ਵਿੱਚ ਦੋ ਭਾਈ ਮਰ ਗਏ, ਛੇ ਸੱਤ ਮਰਲੇ ਉਂਜੇ ਰਹਿ ਗਏ। ਮਿਹਰਬਾਨੀ ਜੀ, ਮੈਂ ਨੌਕਰੀ ਜੀ ਮੈਂ ਦਾਵੇਦਾਰ ਮਾਰ ਅੱਛਾ ਸਰਦਾਣਾ ਸਾਹਿਬ, ਛੇ ਸੱਤ ਮਰਲੇ ਕਿ ਚਾਰੇ ਬਾਜ਼ੂ ਕੁੰਜੇ ਰਹਿ ਗਏ, ਘਰ ਦੋਵੇਂ ਅੱਜ ਸੁੰਜੇ ਰਹਿ ਗਏ, ਵੰਡ ਵੱਖ ਦੇ ਵਿੱਚ ਦੋ ਭਾਈ ਮਰ ਗਏ, ਛੇ ਸੱਤ ਮਰਲੇ ਉਂਜੇ ਰਹਿ ਗਏ। ਔਰ ਸ਼ੇਰ ਇਹ ਬਈ ਬਈ ਮਦਰ ਸਾਹਿਬ ਗੁਲਾਮ ਮੁਰਜ਼ਾ ਗੜਗੋਰ ਸਾਹਿਬ ਔਰ ਮੇਰੇ ਅਜ਼ੀਜ਼ ਮੁਹਸਿਨ ਮਾਰ ਸਲਾਮ ਦਾਦੂਆਣਾ ਸਾਹਿਬ ਔਰ ਦੀਗਰ ਮਹਿਮਾਨ ਖਸੂਸੀ, ਸ਼ੇਰ ਬਰਤ ਵਜੂ ਵਾਲਾ ਹੈ ਕਿ ਉਸ ਤੇ ਉਹਦੇ ਨਾਂ ਨਾ ਲੱਥੀ ਮੈਂ ਵਿੱਚ ਮੋਇਆ ਤਾਂ ਨਾ ਲੱਥੀ, ਉਸ ਤੇ ਉਹਦੇ ਨਾਂ ਨਾ ਲੱਥੀ ਮੈਂ ਵਿੱਚ ਮੋਇਆ ਤਾਂ ਨਾ ਲੱਥੀ, ਉਹ ਜਿਹਦੇ ਨਾਂ ਹਾ ਸੱਤ ਮੁਰੱਬੇ ਉਹਨੂੰ ਕਬਰ ਦੀ ਥਾਂ ਨਾ ਲੱਥੀ। ਮਿਹਰਬਾਨੀ ਜੀ, ਜਿਹਦੇ ਨਾਂ ਹਾ ਸੱਤ ਮੁਰੱਬੇ ਉਹਨੂੰ ਕਬਰ ਦੀ ਥਾਂ ਨਾ ਲੱਥੀ। ਬਈ ਨਹੀਂ ਲੜਿਆ ਗੁਲਾਮ ਮੁਰਸਾ, ਨਹੀਂ ਲੜਿਆ ਮਰਲਾ ਛੋੜ ਦਿੱਤਾ ਹੈ, ਮੇਰੀ ਪੱਗ ਬਚ ਗਈ ਚੁਨਰੀ ਬਚ ਗਈ। ਹਸਨ ਸਾਹਿਬ, ਨਹੀਂ ਲੜਿਆ ਮਰਲਾ ਛੋੜ ਦਿੱਤਾ ਹੈ, ਮੇਰੀ ਪੱਗ ਬਚ ਗਈ ਚੁਨਰੀ ਬਚ ਗਈ, ਪਰਿਆਈ ਨੂੰ ਅੱਜ ਰੱਦ ਨਹੀਂ ਕੀਤਾ ਮੈਨੂੰ ਹਰ ਪਰਿਆਰ ਦੀ ਜੀ ਬਚ ਗਈ। ਔਰ ਜਿਹੜਾ ਬੱਚਿਆ ਸ਼ੁਗਲ ਅਦਾਲਤ ਤੂੰ ਗੁਲਾਮ ਮੁਰਸਾ, ਜਿਹੜਾ ਬੱਚਿਆ ਸ਼ੁਗਲ ਅਦਾਲਤ ਤੂੰ ਮਾਇਆ ਨਾ ਇੱਜ਼ਤ ਭਲੀ ਬਚ ਗਈ। ਬਈ ਮਦਰ ਬੜੀ ਮਿਹਰਬਾਨੀ, ਮੇਰੇ ਵਾਸਤੇ ਬੜਾ ਅਹਿਸਾਸ ਹੈ ਜੀ। ਜਿਹੜਾ ਬੱਚਿਆ ਸ਼ੁਗਲ ਅਦਾਲਤ ਤੋਂ ਸ਼ਰ ਸਰਗਾਣਾ, ਜਿਹੜਾ ਬੱਚਿਆ ਸ਼ੁਗਲ ਅਦਾਲਤ ਤੂੰ ਮਾਇਆ ਨਾ ਇੱਜ਼ਤ ਭਲੀ ਬਚ ਗਈ, ਜੋ ਹਰ ਰੋਜ਼ ਵਕੀਲ ਦੇ ਚੈਂਬਰ ਤੂੰ ਮੇਰੀ ਮਾਂ ਬਚ ਗਈ, ਮੇਰੀ ਧੀ ਬਚ ਗਈ। ਬਹੁਤ ਸ਼ੁਕਰੀਆ ਅਸਲਮ ਹਰ ਸਾਹਿਬ, ਮਿਹਰਬਾਨੀ। ਮੈਂ ਤਾਬੇਦਾਰ ਜੀ, ਮੇਰੇ ਵਾਸਤੇ ਬੜਾ ਅਹਿਸਾਸ ਸ਼ਿਰਾਜੀ ਸਾਹਿਬ, ਮੈਂ ਤਾਬੇਦਾਰ ਜੀ ਕਿ ਨਹੀਂ ਲੜਿਆ ਮਰਲਾ ਛੋੜ ਦਿੱਤਾ ਹੈ, ਮੇਰੀ ਪੱਗ ਬਚ ਗਈ ਚੁਨਰੀ ਬਚ ਗਈ, ਪਰਿਆਈ ਨੂੰ ਅੱਜ ਰੱਦ ਨੇ ਕੀਤਾ ਮੈਨੂੰ ਹਰ ਪਰਿਆਰ ਦੀ ਜੀ ਬਚ ਗਈ। ਔਰ ਜਿਹੜਾ ਬੱਚਿਆ ਸ਼ੁਗਲ ਅਦਾਲਤ ਤੂੰ ਮਾਇਆ ਨਾ ਇੱਜ਼ਤ ਭਲੀ ਬਚ ਗਈ, ਜੋ ਹਰ ਰੋਜ਼ ਵਕੀਲ ਦੇ ਚੈਂਬਰ ਤੂੰ ਮੇਰੀ ਮਾਂ ਬਚ ਗਈ, ਮੇਰੀ ਧੀ ਬਚ ਗਈ। ਮਾਰ ਇਕਬਾਲ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਹਰ ਇੱਕ ਵਾਰੀ ਯਾਰ ਤਾਰੀ ਸੁਣਾਓ, ਇਸ ਤਰ੍ਹਾਂ ਸੁਣਾਓ ਬਈ ਮੈਂ ਤਾਂ ਖੁਸ਼ ਨਾ ਹੋਵਾਂ, ਆਵਾਮ ਖੁਸ਼ ਹੋ ਜਾਵੇ। ਇੱਕ ਵਾਰ ਜ਼ੋਰ ਨਾਲ ਤਾਰੀ ਮਾਰੋ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਹਰ ਰੋਜ਼ ਵਕੀਲ ਦੇ ਚੈਂਬਰ ਤੂੰ ਮੇਰੀ ਮਾਂ ਬਚ ਗਈ, ਮੇਰੀ ਧੀ ਬਚ ਗਈ, ਅਕਲੂ ਫਿਰਿਆ। ਬਈ ਮਜ਼ਰ ਬਈ ਇਕਬਾਲ ਸਾਹਿਬ ਗੁਲਾਮ ਮੁਰਜ਼ਾ ਬਾਈ ਕਿ ਅਕਲੂ ਫਿਰਿਆ ਤੇ ਫਿਰ ਲਾ ਛੱਡਿਆ, ਲੱਗਾ ਨਹੀਂ ਅੱਜ ਚਿਰ ਲਾ ਛੱਡਿਆ, ਯਾਰ ਕੱਲ ਖਾਲੀ ਦੇ ਰੋਲੇ ਪਿੱਛੇ ਭਾਈ ਨੇ ਭਾਈ ਦਾ ਸਿਰ ਲਾ ਛੱਡਿਆ। ਮਿਹਰਬਾਨੀ, ਕੱਲ ਖਾਲੀ ਦੇ ਰੋਲੇ ਪਿੱਛੇ ਭਾਈ ਨੇ ਭਾਈ ਦਾ ਸਿਰ ਲਾ ਛੱਡਿਆ ਕਿ ਨਾ ਖੁਦ ਵਿਕਿਆ ਨਾ ਗੈਰਤ ਦੀ ਮੈਂ ਚੋਟੀ ਵੇਚ ਛੱਡੀ ਹੈ, ਨਾ ਖੁਦ ਵਿਕਿਆ ਨਾ ਗੈਰਤ ਦੀ ਮੈਂ ਚੋਟੀ ਵੇਚ ਛੱਡੀ ਹੈ, ਮੈਂ ਲੋੜ 'ਚ ਹੱਥ ਫੈਲਾਇਆ ਨਹੀਂ ਕਲੋਟੀ ਵੇਚ ਛੱਡੀ ਹੈ। ਬਹੁਤ ਸ਼ੁਕਰੀਆ ਜੀ। ਮੈਂ ਲੋੜ 'ਚ ਹੱਥ ਫੈਲਾਇਆ ਨਹੀਂ ਕਲੋਟੀ ਵੇਚ ਛੱਡੀ ਹੈ, ਮਤਾਂ ਸਰਦਾਰ ਝਿੜਕੇ 'ਚਾ ਜੀ ਮੇਰੀ ਨੂੰ ਮੰਨੇ ਤੂੰ ਤਾਂ ਜਦ ਖਲੋਤੀ ਹੋਈ ਮੈਂ ਛੋਟੀ ਵੇਚ ਛੱਡੀ ਹੈ।
ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ। ਮਤਾਂ ਜ਼ਰਦਾਰ ਝਿੜਕੇ ਚਾ ਜੀ ਮੇਰੀ ਨੂੰ ਮੰਨੇ ਤੂੰ ਤਾਂ ਜਲ ਖਲੋਤੀ ਹੋਈ ਮੈਂ ਛੋਟੀ ਵੇਚ ਛੱਡੀ ਹੈ। ਬਾਈ ਇਕਬਾਲ ਸਾਹਿਬ ਦਾ ਸ਼ੇਰ ਸੁਣਦੇ ਹਨ, ਮੇਰੇ ਜ਼ਹਿਨ 'ਤੇ ਆ ਗਿਆ ਬਈ ਮਦਰ ਕਿ ਜਿਹਨੂੰ ਪਰਖ ਹਰਾਮ ਹਲਾਲ ਦੀ ਕਾਈ ਨਹੀਂ, ਉਹਨੂੰ ਹੰਸ ਨਾ ਲਿਖ ਉਹਨੂੰ ਕਾਂ ਲਿਖ। ਉਹ ਕਿਵੇਂ ਆ ਜਲ ਯਾਰ ਗਰੀਬਾਂ ਦੇ ਹਾਲਾਤ ਪਰ ਉਹ ਨਾ ਲਿਖ, ਜਾਂ ਮਰ ਗਈ ਹੁਸ਼ਰ ਦੀ ਲੈਣ ਦੇ ਵਿੱਚ ਲਤੜੀਜ ਕੇ ਬੁੱਢੜੀ। ਮਾਂ ਲਿਖ ਬਾਕੀ ਸਭ ਕੁਝ ਲਿਖ ਜ਼ਰਦਾਰਾਂ ਦੀ ਮੇਰੀ ਕਲਮ ਖੁਸ਼ਾਮਦ। ਮਿਹਰਬਾਨੀ ਇੱਕ ਵਾਰ ਤਾੜੀ ਮਾਰੋ ਯਾਰ। ਬਾਕੀ ਸਭ ਕੁਝ ਲਿਖ ਜ਼ਰਦਾਰਾਂ ਦੀ ਮੇਰੀ ਕਲਮ ਖੁਸ਼ਾਮਦ। ਨਾ ਲਿਖ ਆਖਰੀ ਦੋ ਸ਼ੇਰ ਅਤੇ ਇੱਕ ਨਜ਼ਮ ਅਤੇ ਫਿਰ ਹਾਜ਼ਰੀ ਪੂਰੀ। ਗੁਲਾਮ ਮੁਰਤਜ਼ਾ ਕਟਗੋਰ ਸਾਹਿਬ, ਮਿਹਰਬਾਨੀ। ਭਾਈ ਗੁਲਾਮ ਮੁਰਤਜ਼ਾ ਕਟਗੋਰ ਸਾਹਿਬ ਦੀ ਫਰਮਾਇਸ਼ ਤੱਕ ਸ਼ੇਰ ਜੀ, ਇਹਨਾਂ ਦੀ ਮਿਹਰਬਾਨੀ ਮੇਰੇ ਬੜੇ ਲਾਡਲੇ ਭਾਈ ਨੇ ਜੀ, ਕਿ ਰੁੱਝ ਗਏ ਹਨ ਮੁਸਲਿਮ ਹਰ ਪਾਸੇ ਅੱਜ ਸਿਰਫ ਜਹਾਨ ਦੀ ਰੀਤ ਵਿੱਚ, ਅੱਜ ਸਿਰਫ ਜਹਾਨ ਦੀ ਰੀਤ ਚੁੱਕਾ ਅੱਜ ਮੁਖਲਿਸ ਲੋਕ ਨਾ ਰਹੇ ਅੱਜ ਦੀਨ ਦੀ ਪਿਆਰ ਪਰੀਤ ਵਿੱਚ। ਔਰ ਮੈਥੋਂ ਗਿਣਿਆ ਮੁੱਲੋ ਗਿਣੀਦਾ ਹੀ ਨਹੀਂ ਦੁਨੀਆਂ ਦੇ ਸ਼ੌਕ ਪਲੀਤ ਵਿੱਚ, ਜਦੋਂ ਵੇਖਾ ਹੁੰਦੇ ਹਨ ਦੋ ਬੁੱਢੜੇ ਨੇਤ ਮੌਲਵੀ ਮਗਰ ਮਸੀਤ ਵਿੱਚ। ਔਰ ਜੜ ਸਕੀਏ ਚੁੰਡ ਪੱਠਿਆਂ ਦੀ ਮੁੜ ਘਰ ਚ ਢੋਰ ਨੂੰ ਤਾਂ ਰੱਖੀਏ, ਯਾਰ ਜ਼ਾਲਿਮ ਸਰਦਾਰ ਦੀ ਵਾਹੀ ਦੇ ਵਿੱਚ ਨਾ ਲੱਤ ਰੱਖੀਏ ਨਾ ਬਾਂਹ ਰੱਖੀਏ, ਐਨੇ ਨੇਤ ਝੰਜੋੜ ਕੇ ਗੈਰਤ ਨੂੰ ਨਾ ਆਜਿਜ਼ ਮਾਰੀ ਥਾਂ ਰੱਖੀਏ, ਵੱਤੇ ਦੀ ਜਿੰਦਗੀ ਵੀ ਬਣਿਆ ਤੇ ਨਾ ਮਾਝ ਰੱਖੀਏ ਨਾ ਗਾਂ ਰੱਖੀਏ। ਬਹੁਤ ਸ਼ੁਕਰੀਆ ਜੀ, ਮੇਰੇ ਵਾਸਤੇ ਬੜਾ ਸਾਹਿਬ ਭਾਈ ਮਦਰ ਸਾਹਿਬ ਸਾਹਿਬ ਬੜੀ ਮਿਹਰਬਾਨੀ। ਇੱਕ ਵਾਰੀ ਨਾਰਾ ਮਰ ਨਾਰਾ ਹਾਜ਼ਰੀ, ਬਹੁਤ ਸ਼ੁਕਰੀਆ ਮਿਹਰਬਾਨੀ। ਵੱਤੇ ਦੀ ਝਿੜਕੀ ਦੀ ਬਣਿਆ ਤੇ ਨਾ ਮਾਝ ਰੱਖੀਏ, ਗੁਲਾਮ ਮੁਰਤਜ਼ਾ ਕਟਗੋਰ ਸ਼ੇਰ ਤੇਰੀ ਨਜ਼ਰ ਖਾਸ ਕਿ ਘਰ ਘੱਟ ਕੇ ਛੱਪਰਾ ਖਾਨੇ ਆਂਦਾ ਜੇ ਤੋਂ ਵਕਤ ਨਿਭਾਇਆ ਹੁੰਦਾ, ਜਾਂ ਵਾਂਗੂ ਆਮ ਮਜ਼ਦੂਰਾਂ ਦੇ ਤੋਂ ਟੋਕਰਾ ਚਾਇਆ ਹੁੰਦਾ, ਜਾਂ ਫਾਕਾ ਆਜਿਲ ਹੁਰਬਤ ਦਾ ਤੇਰੇ ਘਰ ਵਿੱਚ ਆਇਆ ਹੁੰਦਾ, ਕੁੱਤਾ ਕਦੀ ਨਾ ਲੈਂਦਾ ਨੌ ਲੱਖ ਦਾ ਜੇ ਤੋਂ ਆਪ ਕਮਾਇਆ ਹੁੰਦਾ। ਬੜੀ ਮਿਹਰਬਾਨੀ ਜੀ, ਕੁੱਤਾ ਕਦੀ ਨਾ ਲੈਂਦਾ ਨੌ ਲੱਖ ਦਾ ਜੇ ਤੋਂ ਆਪ ਕਮਾਇਆ ਹੁੰਦਾ, ਕਿ ਅੱਖੀ ਨੀਵੀਆਂ ਰੋਜ਼ ਰੱਖੀਦੀਆਂ ਹਨ ਕਿਉਂ ਕਹਿੰਦੇ ਮਰਦੀਆਂ ਬੱਤੇਣ, ਜਦੋਂ ਜੁਰਮ ਨਾ ਹੋਵੇ ਅੱਖੀਆਂ ਦਾ ਭਲਾ ਮੁੜ ਕਿਉਂ ਡਰਦੀਆਂ ਬੱਤੇਣ, ਔਰ ਕਾਬੂ ਕਰਕੇ ਰੱਖਣਾ ਅੱਖੀਆਂ ਨੂੰ ਕਿਉਂ ਮਰਜ਼ੀ ਕਰਦੀਆਂ ਬੱਤੇਣ, ਉਸ ਕਰਜ਼ ਨੂੰ ਅਜਲ ਨਹੀਂ ਚੁੱਕਣਾ ਧੀਆਂ ਜਾਈ ਨੂੰ ਫਰਦੀਆਂ ਬੱਤੇਣ। ਬੜੀ ਮਿਹਰਬਾਨੀ, ਆਖਿਰ ਵਿੱਚ ਨਜ਼ਮ ਦੇ ਚੰਦ ਸ਼ੇਰ ਅਤੇ ਹਾਜ਼ਰੀ ਤਮਾਮ ਇੱਕ ਵਾਰੀ ਤਾੜੀ ਮਾਰੋ ਯਾਰ, ਮੈਂ ਤਾਂ ਥੱਕ ਗਿਆ। ਬਹੁਤ ਸ਼ੁਕਰੀਆ ਮਿਹਰਬਾਨੀ ਭਾਈ ਜਾਨ ਉਸਤਾਦ ਜੀ ਅਸਮ ਸਾਹਿਬ, ਉਨਵਾਨ ਉਮਰ ਰਸੀ ਦਾ ਬਾਬਾ। ਹੁਣ ਤੁਸੀਂ ਵੇਖਣਾ ਬਾਬੇ ਔਲਾਦ ਨਾਲ ਕੀ ਕੀਤਾ ਅਤੇ ਔਲਾਦ ਬਾਬੇ ਨਾਲ ਕੀ ਕਰਿਆ ਦੀਏ। ਅਗਲੇ ਦਿਨ ਮੈਂ ਆਪ ਹੀ ਡਿੱਠਾ, ਉਮਰ ਰਸੀ ਦਾ ਬਾਪ ਹੀ ਡਿੱਠਾ, ਮਜ਼ਦੂਰੀਆਂ ਕਰ ਕਰ ਥੱਕਿਆ ਹੋਇਆ, ਕੰਮਾਂ ਤੋਂ ਆਕਿਆ ਹੋਇਆ, ਉਸ ਤੋਂ ਮੈਂ ਦਸਤਾਨ ਪੁੱਛੀ, ਜ਼ਿੰਦਗੀ ਦੀ ਗੁਜ਼ਰਾਨ ਨੇ ਪੁੱਛੀ, ਦੁੱਖ ਸੁੱਖ ਸੋਦਾ ਖੋਲ੍ਹਣ ਲੱਗਾ, ਬਾਬਾ ਰੋ ਕੇ ਬੋਲਣ ਲੱਗਾ, ਪੰਜ ਪੋਤਰ ਅਤੇ ਚਾਰ ਧੀਆਂ ਮੈਂ ਇੱਥੇ ਵਾਹੀਆਂ ਸਾਰਿਆਂ ਸੀਆਂ, ਕਰ ਮੈਂ ਫਰਜ਼ ਅਦਾਇਨ ਛੱਡੇ ਸਾਰੇ ਮੈਂ ਪਰਨਾਇਨ ਛੱਡੇ, ਪੁੱਤ ਜਿਵੇਂ ਪਰਨੀਂਦੇ ਗਏ ਹਨ ਮੈਂ ਵੱਖਰੇ ਥੀਂਦੇ ਗਏ ਹਨ, ਵੇਚ ਕੇ ਖਾ ਕੇ ਗੁਰੂ ਦਾ ਪਿੱਤਾ, ਬਹਿਣਾਂ ਨੂੰ ਮੈਂ ਕੁਝ ਨਹੀਂ ਦਿੱਤਾ, ਮੇਰਾ ਸਾਰਾ ਖਟਿਆ ਖਾ ਗਏ, ਬੋਇਣੀ ਮੇਰੀ ਨਾ ਕਰਵਾ ਗਏ, ਵੇਖ ਹੱਥਾਂ 'ਤੇ ਹੋ ਗਏ ਛਾਲੇ, ਨੌਂਗਾ ਜੀ ਮੈਂ ਘਲਿਆਂ ਪਾਲੇ। ਬੜੀ ਮਿਹਰਬਾਨੀ ਗੁਲਾਮ ਮੁਰਤਜ਼ਾ ਕਟਗੋਰ ਸਾਹਿਬ, ਮਿਹਰਬਾਨੀ। ਔਰ ਕਿਤੇ ਸੁਣਦਾ ਪਿਆ ਸਾਡਾ ਵੀਰਾ ਮਾਰ ਸਦਾਮ ਬਾਦੂਵਾਨ ਸਾਹਿਬ, ਉਹਨਾਂ ਦੀ ਵੀ ਮਿਹਰਬਾਨੀ ਹੈ।
ਇੱਕ ਵਾਰ ਤਾੜੀ ਮਾਰੋ। ਵੇਖ ਹੱਥਾਂ ਤੇ ਹੋ ਗਏ ਛਾਲੇ, ਨੌਂ ਦਾ ਜੀ ਮੈਂ ਕਲਿਆਂ ਪਾਲੇ, ਇਹ ਪੰਜਵੇਂ ਮੈਨੂੰ ਪਾਲ ਨਹੀਂ ਸਕਦੇ, ਪੁੱਛੇ ਮੇਰਾ ਹਾਲ ਨਹੀਂ ਸਕਦੇ, ਕਿੰਨਾ ਪਾਰੂ ਮੈਂ ਦੁੱਖ ਭੋਗੇ, ਉਹ ਹਨ ਆਪਣੇ ਬੱਚਿਆਂ ਜੋਗੇ, ਰਾਇ ਸਲਾਮ ਹਰਾ ਸਾਹਿਬ, ਉਹ ਹਨ ਆਪਣੇ ਬੱਚਿਆਂ ਜੋਗੇ, ਦੁੱਖ ਦੇ ਪਿਆ ਹਾਰ ਪਰੋਵੇ, ਬਾਬਾ ਖੂਨ ਦੇ ਸਰੂਰ ਹੋਵੇ, ਠੋਕਰਾਂ ਖਾਂਦਿਆਂ ਮੈਂ ਮਰਨਾ ਹੈ, ਮੈਂ ਪੰਜਾਂ ਨੂੰ ਕੀ ਕਰਨਾ ਹੈ, ਇਕੱਲੇ ਕੋਠੇ ਚੱਕਦਾ ਰਹਿਣਾ, ਸਾਰੀ ਰਾਤ ਮੈਂ ਖਕਦਾ ਰਹਿਣਾ, ਪੋਤਰ ਨਹੀਂ ਆਉਂਦੇ ਮੇਰੇ ਨੇੜੇ, ਉਲਟਾ ਕਰਦੇ ਨਾਣ ਬਖੇੜੇ, ਬਾਬਾ ਸਾਨੂੰ ਡਾਹ ਨਹੀਂ ਦਿੰਦਾ, ਮਿੰਟ ਵੀ ਸੁੱਖ ਦਾ ਬਾਹ ਨਹੀਂ ਦਿੰਦਾ, ਜਿਹੜੀਆਂ ਹੋਵਣ ਬੇਸ਼ੱਕ ਪੀੜਾਂ, ਖਾ ਲੈਣਾ ਮੈਂ ਸਹੁੰ ਫਾਰੀੜਾਂ, ਜ਼ਕਾਤ ਮੈਂ ਹੁਣ ਸਰਕਾਰੋਂ ਲੈਣਾ, ਇਸ ਪੈਸੇ ਦੇ ਦਾਰੂ ਲੈਣਾ। ਹੋਇਆ ਕੀ ਜੀ, ਬਾਬਾ ਢੇਰ ਬਿਮਾਰ ਮੈਂ ਡਿੱਠਾ, ਲਾਗਰ ਤੇ ਲਾਚਾਰ ਮੈਂ ਡਿੱਠਾ, ਘਰ ਪੂਰੀ ਗੁਜ਼ਰਾਨ ਨੂੰ ਗਿਆ, ਬਾਬਾ ਛੋੜ ਜਹਾਨ ਨੂੰ ਗਿਆ, ਨੌਂ ਤੇ ਪੁੱਤਰ ਨੂੰ ਡਾਈ ਪੈ ਮਾਰੇਣ, ਉਸ ਤੋਂ ਆਪਣਾ ਆਪ ਪੈ ਵਾਰੇਣ, ਕੰਮ ਕੋਈ ਤੈਨੂੰ ਕਰਾਂ ਨਾ ਦਿੰਦੇ, ਬਸ ਚੌਂਦੋ ਮਰਾਂ ਨਾ ਦਿੰਦੇ, ਸਾਡਾ ਚੰਦ ਦੇ ਵਾਂਗੂ ਬਲਦਾ ਬਾਬਾ, ਕਹਿੰਦੇ ਨਾਲ ਨਾ ਰਲਦਾ ਬਾਬਾ, ਖਤਮ ਤਾਂ ਮੁੜ ਸਮਾਨ ਕਿਤੋਂ ਨੇ, ਵਲਟਾ ਕੁੱਲ ਜਹਾਨ ਕਿਤੋਂ ਨੇ, ਜਿਹੜਾ ਬਾਬਾ ਸਿੱਕਦਾ ਮੋਇਆ, ਹੁੱਕਾ ਕਹਿੰਦਾ ਛਿੱਕਦਾ ਮੋਇਆ, ਜਿਹੜਾ ਡਿੱਗਦਾ ਡਾਂਦਾ ਮੋਇਆ, ਰੋਟੀ ਕਹਿ ਤੂੰ ਖਾਂਦਾ ਮੋਇਆ, ਉਹਦੇ ਖਤਮ ਤੇ ਡੇਗਾਂ ਪੱਕੀਆਂ, ਖਲਕਬਾਂ ਖਾਂਦੀਆਂ ਕੇਰੀ ਨਾ ਥੱਕੀਆਂ, ਮੁਰ ਕਬਾਬ ਤੇ ਕੱਟੇ ਵੇਖੇ, ਇਤਰ ਕਬਰ ਤੇ ਸੱਟੇ ਵੇਖੇ, ਮੌਲਵੀ ਆ ਖਿਤਾਬ ਵੀ ਕੀਤਾ, ਪੇਸ਼ ਸਾਲ ਸਵਾਬ ਵੀ ਕੀਤਾ, ਇੰਜ ਮੋ ਲੱਗਦਿਆਂ ਨਾ ਚਮਕਾਇਆ, ਜੋ 3 ਲੱਖ ਪੁੱਤਰਾਂ ਖਤਮ ਤੇ ਲਾਇਆ, ਇੰਜ ਮੋ ਲੱਗਦਿਆਂ ਤਾਂ ਚਮਕਾਇਆ, 3 ਲੱਖ ਪੁੱਤਰਾਂ ਖਤਮ ਤੇ ਲਾਇਆ, ਅਰਜ਼ੀ ਯਾਰ ਨੂੰ ਮੈਂ ਇਸਦਾ ਫਾਇਦਾ, ਇਸ ਨੂੰ ਲਾਇਓ ਕੈਸ਼ ਦਾ ਫਾਇਦਾ, ਇਹ ਕੋਈ ਕੁਲੀਆ ਕਹਿਦਾ ਕੋਈ ਨਹੀਂ, ਇਹਦਾ ਆਜਲ ਫਾਇਦਾ ਕੋਈ ਨਹੀਂ, ਇਹਦਾ ਆਜਲ ਫਾਇਦਾ ਕੋਈ ਨਹੀਂ। ਆਖਰੀ ਸ਼ੇਰ ਹਲਫਨ ਕਿ ਗੱਲ ਪਏ ਢੋਲ ਵਜਾਵਣੇ ਪਾਏ ਗਏ, ਜੋ ਪਾਏ ਗੱਲ 'ਚ ਫਾਣੀਆਂ ਗਈਆਂ ਬਾਈ ਮਜ਼ਰ, ਕੱਚੇ ਕੋਠੇ ਗੱਤ ਕੇ ਪੱਕੇ ਕੋਠੇ ਗੱਤ ਕੇ, ਕੱਚੀਆਂ ਜੁਗੀਆਂ ਹੱਥੇ ਆਪ ਦੇ ਡਾਣੀਆਂ ਪਈਆਂ, ਔਰ ਸਾਡੇ ਪਿਓ ਦਾਦੇ ਦੇ ਦੌੜ ਦੀਆਂ, ਹੋ ਖਤਮ ਨਿਸ਼ਾਨੀਆਂ ਗਈਆਂ, ਜਦੋਂ ਦੇ ਗਟਵੇ ਧੋਤੀਆਂ ਦੇ ਬਾਅਦ ਮਗਰ ਮਧਾਣੀਆਂ ਗਈਆਂ। ਮਿਹਰਬਾਨੀ ਜੀ, ਵਸਲਾਮ। ਬਹੁਤ ਹੀ ਮੁਆਸ਼ਰਤੀ ਅਲਮੀਆਂ ਬਿਆਨ ਕਰਦੇ ਬਿਆਨ ਜਨਾਬ ਭਾਈ ਅਲੀ ਸ਼ੇਰ ਆਜਲ ਸਾਹਿਬ, ਅੱਜ ਇਸ ਦੇ ਨਾਂ ਦੀਆਂ ਤਾੜੀਆਂ ਹੋਣੀਆਂ ਚਾਹੀਦੀਆਂ ਹਨ। ਭਾਈ ਹਸਨ ਸਾਹਿਬ, ਮਹਾਰਾਜ ਅਸ਼ਰਫ ਸਾਹਿਬ, ਕਿ ਲਿਖਾਂ